ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਸਾਜਿਆ ਹੈ। ਮਹਾਰਾਜ ਨੇ ਖਾਲਸਾ ਪੰਥ ਨੂੰ ਜੋ ਮਾਣ ਵਡਿਆਈ ਬਖਸ਼ੀ ਹੈ, ਖਾਲਸੇ ਨੂੰ ਤੇਜ ਬਖਸ਼ਿਆ ਹੈ। ਤੇਜ ਕਿਹਦੇ? ਸ਼ਕਤੀ ਨੂੰ। ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਤੇਜ ਕਹਿੰਦੇ ਸ਼ਕਤੀ ਨੂੰ। ਮਹਾਰਾਜ ਨੇ ਖਾਲਸੇ ਨੂੰ ਇਹ ਸ਼ਕਤੀ ਬਖਸ਼ੀ ਹੈ। ਉਹ ਸ਼ਕਤੀ ਕਿੱਥੋਂ ਪ੍ਰਗਟ ਹੁੰਦੀ ਹੈ? ਗੁਰੂ ਕੀ ਅੰਮ੍ਰਿਤ ਬਾਣੀ, ਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਜਾਪ ਹੋ ਕੇ ਜਦੋਂ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ, ਉਸ ਤੇਜ ਵਿੱਚੋਂ, ਉਸ ਸ਼ਕਤੀ ਵਿੱਚੋਂ ਇਹ ਖਾਲਸਾ ਪ੍ਰਗਟ ਹੁੰਦਾ ਹੈ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਮਤ ਮਰਜ਼ਾਦਾ ਜਿਹੜੀ ਪੰਜਾਂ ਪਿਆਰਿਆਂ ਦੁਆਰਾ ਦ੍ਰਿੜ ਕਰਵਾਈ ਜਾਂਦੀ ਹੈ, ਪੁਨਾ ਪੁਨਾ ਅਭਿਆਸ ਕਰਨਾ, ਗੁਰਬਾਣੀ ਗੁਰ ਸ਼ਬਦ ਦੇ ਨਾਲ ਜੁੜਨਾ, ਉਹ ਨਾਮ ਰਸ ਨੂੰ ਪ੍ਰਾਪਤ ਕਰਨਾ, ਫਿਰ ਉਹ ਖਾਲਸਾ ਸਰੂਪ ਬਾਣੀ ਤੇ ਬਾਣੀ ਵਿੱਚ ਤਿਆਰ ਪ੍ਰਤਿਆਰ ਰਹਿਣਾ, ਉਹ ਖਾਲਸਾ ਸਰੂਪ ਜਿਹੜਾ ਹੈ ਉਹਨੂੰ ਮਹਾਰਾਜ ਸਾਹਿਬ ਜੀ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ। ਅੰਮ੍ਰਿਤ ਛਕ ਕੇ ਗੁਰੂ ਦੇ ਉਪਦੇਸ਼ ਦਾ ਮੰਨਣ ਕਰਨਾ, ਨਿਧਿਆਸਨ ਕਰਨਾ, ਕਮਾਈ ਕਰਨੀ, ਨਿਤਨੇਮ ਜਿਹੜਾ ਹੈ ਗੁਰੂ ਕੇ ਸਿੱਖ ਵਾਸਤੇ ਬੜਾ ਜ਼ਰੂਰੀ ਹੈ। ਉਹ ਨਿਤਨੇਮ ਜਿਹੜਾ ਨਿਤ ਕੀਤਾ ਜਾਵੇ, ਨੇਮ ਦੇ ਨਾਲ ਉਹੀ ਨਿਤਨੇਮ ਹੈ ਜਿਹਦੇ ਵਿੱਚ ਨਾਗਾ ਨਾ ਪਵੇ। ਇੱਕ ਐਸੀ ਵੀ ਸਾਖੀ ਆਉਂਦੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸਰੀਰ ਬਜ਼ੁਰਗ ਹੋ ਗਿਆ, ਜੇ ਥੋੜ੍ਹਾ ਜਿਹਾ ਨਿਤਨੇਮ ਘਟਾ ਲਈਏ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਤੁਹਾਡੇ ਰੋਮ ਰੋਮ ਵਿੱਚੋਂ ਮਹਾਰਾਜ ਦੇ ਨਾਮ ਦੇ ਫੁਹਾਰੇ ਚੱਲਦੇ ਆ, ਜੇ ਤੁਸੀਂ ਨਿਤਨੇਮ ਘਟਾਇਆ ਨਾ, ਜਿਹੜਾ ਕੋਈ ਕਰਦੇ ਆ ਉਹਨਾਂ ਨੇ ਹੋਰ ਘੱਟ ਕਰ ਦੇਣਾ, ਇਸ ਕਰਕੇ ਨਿਤਨੇਮ ਨਹੀਂ ਘਟਾਉਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਵਿਸ਼ੇਸ਼ ਇਹ ਜ਼ਿਕਰ ਆਉਂਦੇ ਆ ਕਿ ਨਿਤਨੇਮ ਜਿਹੜਾ ਹੈ ਮਹਾਰਾਜ ਸਾਹਿਬ ਜੀ ਨੇ ਆਪ ਉਸ ਮਰਜ਼ਾਦਾ ਨੂੰ, ਮਹਾਰਾਜ ਸਾਹਿਬ ਜੀ ਨੇ ਆਪ ਉਸ ਮਰਜ਼ਾਦਾ ਵਿੱਚ ਰਹਿ ਕੇ ਆਪਣੇ ਖਾਲਸੇ ਨੂੰ ਉਹ ਮਰਜ਼ਾਦਾ ਬਖਸ਼ੀ ਹੈ। ਇਸ ਕਰਕੇ ਉਸ ਤੇਜ ਵਿੱਚੋਂ ਇਹ ਖਾਲਸਾ, ਇਹ ਸ਼ਕਤੀ ਜਿਹੜੀ ਹੈ, ਉਹ ਮਹਾਨ ਸ਼ਹੀਦ ਸਿੰਘ ਜਿਨ੍ਹਾਂ ਨੇ ਸੱਚ ਤੇ ਗਵਾਹੀ ਦਿੰਦਿਆਂ ਸ਼ਹੀਦੀ ਪ੍ਰਾਪਤ ਕੀਤੀ, ਅਤੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਜਿਹੜੀ ਦਾਸਤਾਨ ਹੈ ਉਹ ਬਹੁਤ ਵੱਡੀ ਹੈ। ਚਰਖੜੀਆਂ 'ਤੇ ਚੜ੍ਹ ਗਏ, ਬੰਦ ਬੰਦ ਕੱਟੇ ਗਏ, ਖੋਪਰੇ ਉਤਾਰੇ ਗਏ, ਦੇਗਾਂ ਵਿੱਚ ਉਬਾਲੇ ਗਏ, ਗੁਰੂ ਕੇ ਸਾਹਿਬਜ਼ਾਦੇ ਮਹਾਰਾਜ ਸਾਹਿਬ ਜੀ ਦੇ ਨੀਹਾਂ ਵਿੱਚ ਆਪਣਾ ਆਪ ਚੁਣਵਾ ਕੇ ਵੀ ਉਹਨਾਂ ਨੇ ਇਹ ਪੂਰਨਾ ਪਾ ਦਿੱਤਾ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਸਿੱਖੀ ਐਸੀ ਪਿਆਰੀ ਹੈ, ਜਿਵੇਂ ਗੁਰੂ ਕੀ ਬਾਣੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਗੁਰੂ ਕੀ ਸਿੱਖੀ ਬਾਣੀ ਅਤੇ ਬਾਣੀ ਦਾ ਸੁਮੇਲ ਹੈ।
पहले बाणी फिर बाणा। बाणी भी गुरु का शब्द है तो बाणा भी सतगुरु ने अपने खालसे नूं बख्शिया है। ये मर्यादा है कि पंज ककारां दी रहत है। हर किसी ने बादशाह की पंज मुआफ, इन्हां पंजां ककारां विचों कोई भी किसी नूं मुआफी नहीं। पंज ककार धारण करने रखने शरीर के नाल, के सिखी का स्वरूप है। जे केस दाड़ा है तो दूरों पता चलेगा ये सरदार जी ने, सिख है गुरु का। दसम महाराज की बाणी चक पंक्ति आउंदी है, सिखाहीन कोई फुरे न मंत्रम, सिख नाम ही केसा दा है। गुरु का सिखा तेरे वास्ते अत्यंत जरूरी है कि सिखी दे स्वरूप नूं सांभ के रखे। शरीर तो केस नहीं मनाउणे, नहीं रगड़ाउणे, नहीं कसाउणे, नहीं रगाउणे। गुरु की रहत रखनी, गुरु की मर्यादा विच चलना। गुरसिख मीत चलो गुर चाली, जो गुरु साहब कहिंदे आ हे गुरसिख मित्रा, महाराज कहिंदे ने उस चाली ते चल। एडे प्यार नाल कहिंदे आ गुरसिख मीत चलो गुर चाली, हे गुरसिख मित्रा गुरु जी चाली ते चल। जो गुरु साहब दा हुक्म है, गुर कहिया साकार कमावो, जो गुरु कहिंदे ओ कार ओ कम करो। सो सिख सखा बंद पहे भाई, जे गुर के भाणे विच आवे। अपने भाणे जो चले भाई, विछड़ चोटां खावे। जेड़ा अपनी मर्जी करदा है वो विछड़ जांदा, वो जवां दी मार खांदा, क्योंकि जेड़ा मर्जी करता है। जो किसी ने कहा भी तू अमृत छकला नहीं छकया, जो कोई हुजतबाजियां करे, केस दाड़ा रखने की लोड़ है, अमृत छकन की लोड़ है, उसके वास्ते महाराज कहते अपने भाने जो चले भाई, विछड़ चोटा खावे। जेड़ा अपनी मन की मत करता है ना, वो विछड़ जाता है। मनमुखा नु हर दूर है मेरी जिंदड़ीए, वो रब दे प्राप्ति का मार्ग जिहड़ा रस्ता है वो दूर है। उन्होंने इस संसार से आए हाँ, यह समा बार बार नहीं मिलता। साल बाद मेला आउंदा, आप बैठे हैं 360 दिन साल दे, दिन ते रात, रातां गिण लईए डबल हो गया ना दिन ते रात। गुरु नानक साहब कहिंदे आ बंदे दी उम्र जिहड़ी है अद्धी उम्र सुत्तियां लंघ जांदी है। इस करके ये समा मनुखा जन्म दा जिहड़ा समा, सब तो कीमती चीज समा है, किसे मुल नाल नहीं मिलता। क्या पता लगता, क्या परिभाषा इस भांडे का, तिनक लागे ਕਣਕਾ। ਅੱਜ ਹੀ ਜਹੇਦਾਰ ਘੀਕ ਸਿੰਘ ਸੀ ਆਪਣੇ ਮੁਕਤਸਰ ਸਾਹਿਬ ਪੜਾ ਤੇ ਢਿੱਲੇ ਸੀ, ਉਹਨਾਂ ਨੇ ਦਵਾਈ ਦਵਾਉਣ ਗਏ ਲੁਧਿਆਣੇ, ਉੱਥੇ ਚੜ੍ਹਾਈ ਕਰ ਗਏ। ਅੱਜ ਜਗ ਜੀਵਨ ਕੈਸਾ ਸੁਪਨੇ ਕੈਸਾ, ਆਪਣੇ ਆਪਣੇ ਅੰਦਰ ਝਾਤੀ ਮਾਰ ਗਏ ਆਪਾਂ। ਕਿੰਨੀ ਕੁ ਉਮਰ ਸਾਡੀ ਹੋ ਗਈ ਆ, ਕਿੰਨਾ ਕੁ ਸਮਾਂ ਬੀਤ ਗਿਆ, ਪਿੱਛੋਂ ਆਏ ਹਾਂ ਅੱਗੇ ਮਹਾਰਾਜ ਜਾਣਦਾ ਜਿੰਨਾ ਕੁ ਸਮਾਂ ਬਾਕੀ ਆ। ਇਹ ਸਮੇਂ ਵਿੱਚ ਅਸੀਂ ਕਿੰਨਾ ਕੁ ਕਰ ਰਹੇ ਹਾਂ, ਕਿੰਨਾ ਕੁ ਨਾਮ ਜਪਦੇ ਹਾਂ, ਕਿੰਨਾ ਕੁ ਸਵੇਰੇ ਉੱਠਦੇ ਹਾਂ ਅੰਮ੍ਰਿਤ ਵੇਲੇ, ਕਿੰਨੀ ਕੁ ਬਾਣੀ ਪੜ੍ਹਦੇ ਹਾਂ।
ਕੋਈ ਝੂਠ ਨਿੰਦਾ ਤੋਂ ਬਚੇ ਹਾਂ। ਮਹਾਰਾਜ ਦੇ ਗੁਰੂ ਸ਼ਬਦ ਨਾਲ ਗੁਰਬਾਣੀ ਨਾਲ ਕਿੰਨਾ ਕੁ ਲਗਾਓ ਹੈ ਕਿ ਆਪਾਂ ਆਪਣੇ ਅੰਦਰ ਘਾਤੀ ਮਾਰਨੀ, ਆਪਣੇ ਆਪਣੇ ਅੰਦਰ ਪ੍ਰਤੀ ਪ੍ਰਤੀ। ਜਦੋਂ ਗੁਰੂ ਦੇ ਉਪਦੇਸ਼ ਨੂੰ ਪ੍ਰਤੀ ਪ੍ਰਤੀ ਸੁਣਾਂਗੇ, ਜਿੰਨੇ ਆਪਾਂ ਬੈਠੇ ਹਾਂ ਵਿੱਚ ਕਹਿਣ ਵਾਲਾ ਵੀ, ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਤੁਹਾਡੇ ਸਾਡੇ ਵਾਸਤੇ ਸਾਰਿਆਂ ਲਈ ਹੈ, ਜੋ ਬੋਲਦਾ ਉਹਦੇ ਵਾਸਤੇ, ਜੋ ਕਹਿਣ ਵਾਲਾ ਗੁਰੂ ਦਾ ਸ਼ਬਦ ਆਪਾਂ ਨੂੰ ਗੁਰੂ ਮਹਾਰਾਜ ਦੇ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਾਉਂਦਾ ਹੈ, ਕੋਈ ਕਥਾ ਸੁਣਾਉਂਦਾ ਹੈ, ਕੋਈ ਮਹਾਰਾਜ ਦਾ ਜਸ ਕੋਈ ਇਤਿਹਾਸ ਸੁਣਾਉਂਦਾ ਹੈ, ਗੁਰੂ ਦਾ ਉਪਦੇਸ਼ ਦਾ ਵਚਨ ਸੁਣਾਉਂਦਾ ਹੈ, ਉਹ ਗੁਰੂ ਦਾ ਵਚਨ ਜਾਣ ਕੇ ਆਪਾਂ ਸੁਣਨਾ ਵੀ ਮੈਨੂੰ ਕਹਿੰਦੇ ਆ ਮਹਾਰਾਜ। ਇਹ ਨਹੀਂ ਵੀ ਅਸੀਂ ਬੋਲਣ ਵਾਲੇ ਵਾਲੇ ਪਹਿਲੇ ਵੀ ਇਹ ਜੋ ਮਹਾਰਾਜ ਦੀ ਬਾਣੀ ਕਹਿੰਦੀ ਹੈ ਉਹ ਆਪਾਂ ਆਪਣੇ ਆਪਣੇ ਪ੍ਰਤੀ ਸੁਣਨਾ ਵੀ ਮਹਾਰਾਜ ਮੈਨੂੰ ਕਹਿੰਦੇ ਆ। ਜਦੋਂ ਇਹ ਸਮਝ ਆਵੇਗੀ ਫਿਰ ਜ਼ਰੂਰ ਕੋਈ ਨਾ ਕੋਈ ਅਸਰ ਹੋਏਗਾ। ਜੇ ਅਸੀਂ ਇੰਨਾ ਹੀ ਵੇਖ ਲਿਆ ਵੀ ਗਾਉਣ ਵਾਲੇ ਬੜਾ ਸੋਹਣਾ ਗਾਇਆ ਔਰ ਉਹਨਾਂ ਨੇ ਸੁਣਾਇਆ ਕੀ, ਅਸੀਂ ਸੁਣਿਆ ਕੀ, ਸਾਡੇ ਅੰਦਰ ਟਿਕਾਓ ਗੁਰੂ ਦੀ ਮਰਜ਼ਾਦਾ ਦਾ, ਗੁਰੂ ਦੇ ਬਚਨ ਦਾ ਸਾਡੇ ਮਨ ਵਿੱਚ ਵਿਸ਼ਵਾਸ ਭਰੋਸਾ ਬਣ ਜਾਏ ਫਿਰ ਗੱਲ ਬਣੇਗੀ। ਜਿਨਕਾ ਮਨ ਸਾਚਾ ਵਿਸ਼ਵਾਸ, ਉਹ ਸੱਚੇ ਵਾਹਿਗੁਰੂ ਦਾ, ਗੁਰੂ ਪਰਮੇਸ਼ਰ ਦਾ, ਜਿਨ੍ਹਾਂ ਦੇ ਮਨ ਵਿੱਚ ਵਿਸ਼ਵਾਸ ਹੈ, ਭਰੋਸਾ ਹੈ, ਹੈ ਤੂੰ ਹੈ ਤੂੰ ਹੋਣਹਾਰ, ਤੇ ਤੂੰ ਪਿੱਛੇ ਵੀ ਸੀ ਹੁਣ ਵੀ ਅੱਗੇ ਨੂੰ ਵੀ ਹੈ, ਹੇ ਮਹਾਰਾਜ ਕਿਰਪਾ ਕਰੋ ਸਾਡੇ 'ਤੇ, ਤੁਸੀਂ ਤਾਂ ਹਜ਼ੂਰ ਹਾਜ਼ਰ ਹੋ, ਜਿੱਥੇ ਕੋਈ ਯਾਦ ਕਰੇ ਉੱਥੇ ਹੀ ਹੋ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਜਿੱਥੇ ਹਰ ਅਰਾਧੀ ਹੈ ਜਿੱਥੇ ਹਰ ਮਿੱਤ ਸਹਾਈ, ਜਿੱਥੇ ਅਰਾਧੀ ਹੈ ਉੱਥੇ ਹਰੀ ਵਾਹਿਗੁਰੂ ਉਹ ਮਿੱਤਰ ਰੂਪ ਹੋ ਕੇ ਸਹਾਇਤਾ ਕਰਦੇ। ਪਰ ਜੇ ਕੋਈ ਹੋ ਜਾਵੇ ਉਹਦਾ ਆਪ ਸਵਾਰੇ ਮੈਂ ਮਿਲੇ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂਗਾ, ਇਹ ਮੇਰਿਆ ਮਨਾ ਆਪ ਸਵਾਰੇ ਮੈਂ ਮਿਲੇ, ਫਿਰ ਕੀ ਹੋਏਗਾ ਤੂੰ ਮੈਨੂੰ ਮਿਲ ਪਵੇਗਾ ਕਹਿੰਦੇ ਮਹਾਰਾਜ ਬਾਣੀ 'ਚ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਿਰ ਕਹਿੰਦੇ ਤੂੰ ਜਿਹੜੇ ਮੈਨੂੰ ਮਿਲ ਪਵੇਂਗਾ ਫਿਰ ਸੁੱਖ ਹੋ ਜਾਏਗਾ। ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜੱਗ ਤੇਰਾ ਹੋਏ, ਫਿਰ ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂੰ। ਇਹ ਇੰਨੀ ਵੀ ਨਹੀਂ ਰਹਿ ਗਈ ਵੀ ਕੋਈ ਮੈਂ ਹਾਂ, ਨਹੀਂ, ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਫਿਰ ਉਹ ਤੂੰ ਦੇ ਵਿੱਚ ਹਰ ਹਰ ਜਨ ਏਕ ਹੈ, ਬੇ ਵੀ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਇਹ ਮਿਸਾਲ ਦੇ ਕੇ ਕਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਤਿਗੁਰਾਂ ਨੇ ਪ੍ਰਮਾਣ ਦੇ ਕੇ ਕਿਹਾ ਕਿ ਜਿਵੇਂ ਇਹ ਅਨਲ ਪੰਖੀ ਦੇ ਤੀਰ ਜਿਹੜੇ ਨੇ ਇਹ ਤੀਰਾਂ ਨੂੰ ਆਪਣੇ ਦੇਸ ਲੈ ਗਏ ਨੇ, ਜਿਹੜਾ ਗੁਰਬਾਣੀ ਗੁਰੂ ਸ਼ਬਦ ਨਾਲ ਜੁੜੇਗਾ ਉਹ ਗੁਰਬਾਣੀ ਉਹਨੂੰ ਸੱਚਖੰਡ ਵਿੱਚ ਲੈ ਜਾਏਗੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਵਾਹਿਗੁਰੂ। ਜਪ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲੇਖਾ। ਸੰਤ ਲਾਗ ਮਨੈ ਚਾਟ ਦੁਬਿਧਾ ਕੀ ਕੁਰੀਆ। ਜਿਹੜੇ ਦੋ ਭਾਵ ਮਨ ਵਿੱਚ ਆਉਂਦੇ ਹਨ ਇਹਨੂੰ ਛੱਡਦੇ, ਇੱਕ ਮਨ ਪੁਰਖ ਧਿਆਏ ਬਰਦਾਸਾ, ਇੱਕ ਮਨ ਇੱਕ ਚਿੱਤ ਜਿਹਨੂੰ ਅਰਾਧਿਆ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜ। ਇੱਥੇ ਪਹੁੰਚਣਾ ਹੈ, ਜਿੰਨਾ ਹੋਵੇ, ਕਿਉਂਕਿ ਨਾਮ ਦੀ ਭੁੱਖ ਲੱਗੇ ਤੇ ਫੇਰ ਹੈ ਨਾ। ਸਾਚੇ ਨਾਮ ਕੀ ਲਾਗੈ ਭੂਖ, ਦੁੱਧ ਭੁੱਖਾ ਖਾਏ ਚੱਲੀਏ ਦੂਖ। ਸਾਨੂੰ ਨਾਮ ਦੀ ਭੁੱਖ ਲੱਗੇ, ਸਾਡਾ ਜੀ ਕਰੇ ਵੀ ਅੰਮ੍ਰਿਤ ਵੇਲੇ ਉੱਠੀਏ, ਵੱਧ ਤੋਂ ਵੱਧ ਨਾਮ ਜਪੀਏ। ਗੁਰਵਾਈ ਵਾਲੇ ਭਗਤ ਜੀ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ, ਬੜੇ ਬਚਨ ਉਹਨਾਂ ਨੇ, ਬਾਬਾ ਜੀ ਨਾਲ ਬੜਾ ਤੇ ਪਿਆਰ ਸੀ ਉਹਨਾਂ ਦਾ, ਬੰਦਗੀ ਵਾਲੇ ਮਹਾਂਪੁਰਖਾਂ ਦਾ, ਬੰਦਗੀ ਵਾਲਿਆਂ ਦਾ ਆਪਸ ਵਿੱਚ ਅੰਤਰਾਤਮਾ ਦਾ। ਉਹਨਾਂ ਕਹਿਣਾ ਅਸੀਂ ਜਵਾਨੀ ਵੇਲੇ 18-18 ਘੰਟੇ ਚੌਂਕੜਾ ਲਾ ਕੇ ਵੀ ਨਾਮ ਜਪਿਆ। ਉਹਨਾਂ ਕਹਿਣਾ ਸਾਡੇ ਮਾਤਾ ਜੀ ਨੇ ਸਾਡੇ ਸਿਰ ਵਿੱਚ ਮੱਖਣ ਦਾ ਪੀੜਾ ਰੱਖ ਦੇਣਾ, ਲਿਆਣ ਕੇ ਉੱਤੋਂ ਦੀ ਅਫਾ ਵਲੇਟ ਦੇਣਾ, ਉਹ ਸੁੱਕ ਜਾਂਦਾ ਸੀ ਮੱਖਣ ਦਾ ਪਿਆਰ। ਏਡੇ ਏਡੇ ਬੰਦਗੀ ਕਰਨ ਵੇਲੇ ਨਾਮ ਦਾ ਰਸ ਪ੍ਰਾਪਤ ਕਰਨਾ, ਉਹਨਾਂ ਦੇ ਨਾਮ ਰਸੀਆਂ ਦੀ ਬਰਕਤ। ਇਹ ਸਮਾਂ ਹੈ, ਬੜਾ ਕੀਮਤੀ ਹੈ। ਜਿਸ ਸਵਾਸ ਨਾਲ ਨਾਮ ਜਪ ਲਿਆ, ਸਮਝ ਲਓ ਸੋਨੇ ਦੀ ਮੋਹਰ ਵਾਂਗੂ ਸਾਡੇ ਹੱਥ। ਜਿਹਦੇ ਨਾਲ ਨਾਮ ਨਾ ਜਪਿਆ ਐਵੇਂ ਚਲਾ ਗਿਆ, ਉਹ ਕੋਲੇ ਹੈ, ਕੋਲੇ। ਕੋਲਾ ਕਿਸੇ ਕੰਮ ਨਹੀਂ, ਸੋਨੇ ਦੀ ਮੋਹਰ ਕੰਮ ਆਉਂਦੀ ਹੈ। ਜਿਸ ਸਵਾਸ ਨਾਲ ਨਾਮ ਜਪਿਆ ਉਹ ਬੇਕੀਮਤੀ ਹੋ ਜਾਣਾ, ਉਹਦਾ ਬਹੁਤ ਵੱਡਾ ਫਲ ਮਿਲਣਾ। ਅਤੇ ਜਿਹਦੇ ਨਾਲ ਨਾਮ ਨਾ ਜਪਿਆ, ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥ ਆ ਜਾਏ, ਉਹ ਬਿਰਥ ਚਲਾ ਜਾਏਗਾ। ਸਤਿਗੁਰੂ ਕਿਰਪਾ ਕਰਨ, ਨਾਮ ਜਪਣ ਵਿੱਚ ਸਾਡਾ ਮਨ ਟਿਕੇ। ਜਦੋਂ ਟਿਕਾਅ ਵਿੱਚ ਮਨ ਆ ਜਾਏ ਨਾ, ਫਿਰ ਜਪੀਏ, ਫਿਰ ਆਨੰਦ ਬਣਦਾ। ਸਤਿਗੁਰੂ ਕਿਰਪਾ ਕਰਨ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਗੁਰੂ ਸਾਹਿਬ ਦੱਸਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਗੁਰਦੇਵ ਸਤਿਗੁਰੂ ਹਨ। ਇਹ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਆਤਮਾ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰ ਪਰਮੇਸ਼ਰ ਇੱਕ ਹੋ ਜਾਂਦੇ। ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਹੁੰਦਾ। ਇਹ ਭਾਵਨਾ, ਇਹ ਪਿਆਰ ਸਾਨੂੰ ਬਖਸ਼ਣ ਮਹਾਰਾਜ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦੇ ਬਚਨ ਹੈ, ਜਿੰਨੇ ਵੀ ਕਰੀ ਜਾਈਏ, ਇਸ ਨਾਮ ਦੇ ਵਿੱਚ ਜੁੜਨ ਵਾਸਤੇ। ਅਤੇ ਵਾਰ ਬਾਅਦ ਸਾਨੂੰ ਸਤਿਗੁਰੂ ਜੀ ਤਾਕੀਦ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁੱਖ ਪਾਵਾ, ਕੱਲ ਕਲੇਸ਼ ਤਨ ਮਾਹੇ ਮਿਟਾ। ਇਹਦੇ ਮਨ ਬਾਣੀ ਸਰੀਰ ਕਰਕੇ ਸਿਮਰੋ ਉਸ ਪਰਮੇਸ਼ਰ ਨੂੰ, ਜੋ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ। ਉਸ ਪਰਮੇਸ਼ਰ ਦਾ ਨਾਮ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਬਾਬਾ ਅਤਰ ਸਿੰਘ ਸਾਹਿਬ ਜੀ। ਉਹਨਾਂ ਕਹਿਣਾ ਇੰਨਾ ਚੌਂਕੜਾ ਸਿੰਘ ਦਾ ਵੀ ਥੱਲਿਓ
ਤੇ ਸਿਉਂਕ ਵੀ ਲੱਗ ਜਾਏ ਨਾ ਕਿਸੇ ਨੂੰ ਪਤਾ ਲੱਗ ਜਾਏ ਵੀ ਚੌਂਕੜਾ ਲੱਗਾ ਹੈ। ਨਾਮ ਜਪਣ ਵਾਲਿਆਂ ਦੇ ਚੌਂਕੜੇ ਬਹੁਤ ਵੱਡੇ ਹੁੰਦੇ। ਬਾਬਾ ਜੀ ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਬੜਾ ਵੱਡਾ ਚੌਂਕੜਾ ਸੀ। ਬਾਬਾ ਜੀ ਦਾ ਸਤਖੰਡ ਵਾਸੀ ਬਾਬਾ ਜੀ ਦਾ ਬੜਾ ਚੌਂਕੜਾ ਸੀ। ਪਰ ਸੇਵਾ ਦੇ ਵਿਹਾਰ ਹੁੰਦੇ ਆ। ਜਿਉਂ ਅਨੰਦਪੁਰ ਸਾਹਿਬ ਨੂੰ ਇੱਥੋਂ ਨਗਰ ਕੀਰਤਨ ਤੁਰਿਆ ਨਾ ਸੁਰ ਸਿੰਘ ਵਾਹਿਗੁਰੂ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ 300 ਸਾਲੇ ਦੇ ਅਤੇ ਬਾਬਾ ਜੀ ਨਾਲ ਮਹਾਰਾਜ ਸਾਹਿਬ ਦੇ ਪਾਲਕੀ ਸਾਹਿਬ ਦੇ ਵਿੱਚ ਚੌਰ ਬਰਦਾਰ ਦੇ ਪਿਛਲੇ ਪਾਸੇ ਬਾਬਾ ਜੀ ਬੈਠੇ ਸੀ। ਕਹਿਣ ਲੱਗੇ ਤੁਸੀਂ ਨਾਲ ਚੱਲੋ। ਅੰਮ੍ਰਿਤਸਰ ਸਾਹਿਬ 7 ਵਜੇ ਨਗਰ ਕੀਰਤਨ ਤੁਰਿਆ। ਮਹਾਰਾਜ ਸਾਹਿਬ ਜੀ ਦਾ ਸਥਾਨ ਆ ਲੁਧਿਆਣੇ ਤੋਂ ਅੱਗੇ ਆਲਮਗੀਰ। ਰਾਤ ਦੇ 12 ਵਜੇ ਉੱਥੇ ਨਗਰ ਕੀਰਤਨ ਪਹੁੰਚਿਆ। 7 ਵਜੇ ਦਾ ਬਾਬਾ ਜੀ ਨੇ ਚੌਂਕੜਾ ਲਾਇਆ ਅਤੇ 12 ਵਜੇ ਉੱਥੇ ਜਾ ਕੇ ਚੌਂਕੜਾ ਖੋਲ੍ਹਿਆ। ਐਡਾ ਐਡਾ ਵੱਡਾ ਚੌਂਕੜਾ ਸੀ ਬਾਬਾ ਦਇਆ ਸਿੰਘ ਸਾਹਿਬ ਜੀ ਦਾ। ਉਹਨਾਂ ਦੇ ਬਹਿੰਦਿਆਂ ਉਹਨਾਂ ਦੀ ਸਮਾਧੀ ਮਹਾਂਪੁਰਖ ਸਦਾ ਹੀ ਸਮਾਧੀ ਵੇਖਣ ਵਾਲੇ ਨੂੰ ਵੀ ਕਿਸੇ ਨੇ ਗੱਲਾਂ ਕਰਦੇ ਆਏ ਨਹੀਂ, ਉਹਨਾਂ ਦੀ ਸਮਾਧੀ ਲੱਗੀ ਮਨ ਜੂ ਟਿਕਿਆ। ਸਗਲ ਬੋਲਣ ਮਾਹੇ ਮਾਹੇ ਵਿਚਾਰ, ਜਿਹੜਾ ਬੋਲਣ ਦੇ ਵਿਚਾਰ ਕੋਈ ਬੋਲਣਾ ਵਾ ਉਹਨਾਂ ਕੀ ਉੱਤਰ ਦਿੰਦੇ ਸੀ, ਬਹੁਤਾ ਬੋਲਣ ਦੇ ਨਹੀਂ ਤੇ ਅਚਾਰੇ ਨਾ ਹੀ ਕਹਿ ਦਿੰਦੇ ਵੀ ਐਵੇਂ ਵਿਚਾਰ ਨਾ ਕਰਨ, ਨਾਮ ਜਪਦੇ ਹਾਂ ਐਵੇਂ ਗੱਲਾਂ ਕਰਨ 'ਤੇ ਫਜ਼ੂਲ ਟਾਈਮ ਨਾ ਜਾਵੇ। ਇਸ ਕਰਕੇ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੁੰਦਾ ਨਾ ਉਹ ਸਾਨੂੰ ਜੀਵਨ ਜਾਚ ਸਿਖਾਉਂਦਾ ਜੀਵਨ ਵਾਸਤੇ ਵੀ ਇਹ ਸਮਾਂ ਮਿਲਿਆ ਤੁਹਾਨੂੰ ਵੀ ਮਿਲਿਆ ਇਹ ਜਪ ਲਓ ਇਹਦੇ ਨਾਲ ਗੁਰੂ ਕਿਰਪਾ ਕਰੇ ਮਹਾਰਾਜ ਮਿਹਰ ਕਰਨ ਸਾਨੂੰ ਵੀ ਉਹ ਮਤ ਆਵੇ, ਸਾਨੂੰ ਵੀ ਉਹ ਨਾਮ ਦਾ ਰਸ ਪ੍ਰਾਪਤ ਹੋਵੇ, ਸਾਡਾ ਵੀ ਮਨ ਟਕਾਅ ਵਿੱਚ ਆ ਜਾਵੇ। ਇਹ ਮਹਾਰਾਜ ਦੇ ਦਰ ਤੋਂ ਮੰਗੀਏ। ਮੰਗਣ ਮੰਗ ਤਾਂ ਇੱਕ ਹੈ ਮੰਗ, ਅਵਰ ਕਸ਼ੂ ਮੇਰਾ ਸੰਗ ਨਾ ਚਾਲਾ ਮਿਲਾ ਕਿਰਪਾ ਗੁਣਗਾਨ। ਇਹਦੇ ਮੰਗਣਾ ਤਾਂ ਇੱਕ ਹੀ ਮੰਗ ਲਾ ਮਹਾਰਾਜ ਤੋਂ, ਹੋਰ ਤਾਂ ਕੋਈ ਨਾਲ ਨਹੀਂ ਜਾਣਾ ਵੀ ਮਹਾਰਾਜ ਤੁਹਾਡੇ ਗੁਣ ਗਾਉਣੇ ਆ ਜਾਣ ਸਨ। ਦਿਨ ਰਾਤੀ ਅਰਾਧੋ ਪਿਆਰੇ ਨਿਮਖ ਨਾ ਕੀਜਾ ਕੀਜਾ, ਦਿਨ ਰਾਤ ਅਰਾਧੋ ਕਹਿੰਦੇ ਅੱਖ ਤੇ ਫਰਕਣ ਦੇਣਾ ਸਮਾਂ ਵੀ ਢਿੱਲ ਨਾ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਜੇ ਨਾਮ ਦੀ ਗੂੰਜ ਉੱਚੀ ਬੋਲੀ ਗਏ ਨਾ ਫਿਰ ਚੁੱਪ ਕਰਕੇ ਤੁਸੀਂ ਐਂ ਸੁਣੀ ਜਾਓ ਨਾ ਅਤੇ ਨਾਮ ਦੀ ਗੂੰਜ ਤੁਹਾਡੇ ਕੰਨਾਂ ਵਿੱਚ ਆਵਾਜ਼ ਉਹਦੇ ਨਾਲ ਜੁੜ ਜਾਓ। ਬੈਖਰੀ ਹੈ ਉੱਚੀ ਬੋਲਣਾ, ਮਧਮਾ ਹੈ ਸਿੱਧੇ ਸਿੱਧੇ ਬੋਲਣਾ, ਆਪਣੇ ਕੰਨਾਂ 'ਚ ਆਵਾਜ਼ ਆਉਂਦੀ ਹੈ। ਫਿਰ ਬੈਖਰੀ ਮਧਮਾ ਬਸੰਤੀ ਫਿਰ ਕੂੰ ਕੂੰ ਦੀ ਆਵਾਜ਼ ਆਉਂਦੀ ਹੈ, ਫਿਰ ਪਰਾਂ ਵਿੱਚ ਚਲੇ ਜਾਂਦੇ ਜਿੱਥੇ ਵੀ ਸੰਵਾਦੀ ਉੱਥੇ ਮਹਾਰਾਜ ਦੇ ਨਾਮ ਦੇ ਐਸੇ ਮਹਾਰਾਜ ਦੇ ਨਾਮ ਦੇ ਚਿੰਤਨ ਵਿੱਚ ਸਿਮਰਨ ਵਿੱਚ ਪੁਨਾ ਪੁਨਾ ਅਭਿਆਸ ਦੇ ਨਾਲ ਸਤਿਗੁਰੂ ਬਲ ਬਖਸ਼ਣ ਆਪਾਂ ਨੂੰ ਵੀ ਉਹ ਨਾਮ ਦਾ ਰਸ ਪ੍ਰਾਪਤ ਹੋ ਜਾਵੇ। ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਜਿਨ੍ਹਾਂ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦਾ ਭਾਗਾਂ ਵਾਲੇ, ਜਿਨ੍ਹਾਂ ਅਜੇ ਅੰਮ੍ਰਿਤ ਨਹੀਂ ਛਕਿਆ ਪੰਜਾਂ ਪਿਆਰਿਆਂ ਦੇ ਹਾਜ਼ਰ ਹੋ ਕੇ ਅੰਮ੍ਰਿਤ ਛਕੋ, ਜਿਨ੍ਹਾਂ ਕੇਸ ਦਾੜੇ ਨਹੀਂ ਰੱਖੇ ਉਹ ਕੇਸ ਦਾੜੇ ਰੱਖੋ, ਨਸ਼ਿਆਂ ਤੋਂ ਬਚੋ, ਜੋੜ ਮੇਲਿਆਂ ਦੀ ਹਾਜ਼ਰੀ ਸ਼ਹੀਦਾਂ ਸਿੰਘਾਂ ਦੇ ਪਾਵਣ ਦਿਹਾੜੇ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਂਦੇ ਰਹੋ। ਗੁਰੂ ਸਾਹਿਬ ਮਿਹਰ ਕਰਨ, ਜੋੜ ਮੇਲਾ ਸੁਰ ਸਿੰਘ ਤੁਹਾਨੂੰ ਗਿਆਨੀ ਗੁਰੂ ਚੰਡ ਸਿੰਘ ਹੋਣਾ ਦੱਸ ਹੀ ਦਿੱਤਾ, ਸਾਰੀ ਸੰਗਤ ਨੂੰ ਬੇਨਤੀ ਆ 9 ਤੇ 10 ਜੇਠ ਨੂੰ